ਮੁਲਕ ਦੀਆਂ ਜੇਲ੍ਹਾਂ ਕੈਦੀਆਂ ਨਾਲ ਨੱਕੋ ਨੱਕ ਭਰੀਆਂ ਪਈਆਂ ਹਨ। ਡੰਡੀ ਹਰ ਛੋਟੀ ਵੱਡੀ ਅਦਾਲਤ 'ਚ ਪੈਰਵਾਈ ਅਧੀਨ ਕੇਸਾਂ ਦੀਆਂ ਫਾਈਲਾਂ ਨਾਲ ਰੈਕ ਭਰੇ ਹਨ। ਡੰਡੀ ਅਦਾਲਤਾਂ ਕੇਸਾਂ ਨੂੰ ਸਮੇਟਣ ਲਈ ਕਈ ਤਰ੍ਹਾਂ ਦੇ ਯਤਨ ਕਰ ਰਹੀਆਂ ਹਨ, ਪਰ ਇੰਨੀ ਵੱਡੀ ਆਬਾਦੀ ਦੇ ਮਸਲੇ ਸੁਲਝਾਉਣੇ ਸ਼ਾਇਦ ਮੁਲਕ ਦੀਆਂ ਅਦਾਲਤਾਂ ਦੇ ਵੀ ਵੱਸ ਦੀ ਗੱਲ ਨਹੀਂ ਰਹੀ ਹੈ। ਡੰਡੀ ਜਿਸ ਦੇ ਇੱਕ ਨਹੀਂ ਅਣਗਿਣਤ ਕਾਰਨ ਹਨ। ਡੰਡੀ ਜੇਕਰ ਕਾਨੂੰਨ ਨੂੰ ਵਾਚੀਏ ਜਾਂ ਘੋਖੀਏ ਤਾਂ ਮਹਿਸੂਸ ਕਰਦੇ ਹਾਂ ਕਿ ਸੰਵਿਧਾਨਕ ਮਦਾਂ ਹਰ ਤਰੀਕੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਦੀਆਂ ਹਨ। ਡੰਡੀ ਸਖ਼ਤ ਅਤੇ ਲਚਕੀਲਾ ਪੱਖ ਦੋਵੇਂ ਹੀ ਆਪਣੇ ਆਪਣੇ ਤਰੀਕੇ ਬਿਹਤਰ ਕੰਮ ਕਰ ਰਹੇ ਹਨ। ਡੰਡੀ ਪਰ ਇਹ ਗੱਲ ਵੀ ਪੂਰੀ ਤਰ੍ਹਾਂ ਦਲੇਰੀ ਅਤੇ ਨੀਡਰ ਹੋ ਕੇ ਕਹਿਣ 'ਚ ਕੋਈ ਹਰਜ ਨਹੀਂ ਕਿ ਇਹ ਕਾਨੂੰਨ ਪੜ੍ਹੇ ਲਿਖੇ ਅਤੇ ਨੈਤਿਕਤਾ ਭਰਪੂਰ ਵਿਚਾਰਧਾਰਾ ਵਾਲੇ ਲੋਕਾਂ ਦਾ ਕਾਨੂੰਨ ਹੈ, ਅਨਪੜ੍ਹ ਅਤੇ ਉਜੰਡ ਬਿਰਤੀ ਵਾਲੇ ਲੋਕਾਂ ਦਾ ਨਹੀਂ। ਡੰਡੀ ਜਦੋਂ ਕਿ ਸਾਡੇ ਮੁਲਕ ਅੰਦਰ ਆਜ਼ਾਦੀ ਦੇ ਕੋਈ 7.5 ਦਹਾਕੇ ਬੀਤ ਜਾਣ ਬਾਅਦ ਵੀ ਅਨਪੜ੍ਹਤਾ ਦਾ ਗਰਾਫ ਬੇਹੱਦ ਚਿੰਤਾਜਨਕ ਅੰਕੜੇ ਪੇਸ਼ ਕਰਦਾ ਹੈ। ਡੰਡੀ ਜੇਕਰ ਦੇਸ਼ ਨੂੰ ਚਲਾਉਣ ਵਾਲੇ ਮਲਾਹਾਂ ਨੇ ਜ਼ਿੰਮੇਵਾਰ ਰੋਲ ਅਦਾ ਕੀਤਾ ਹੁੰਦਾ ਤਾਂ ਹੁਣ ਤੱਕ ਸਾਖਰਤਾ ਦਾ ਗਰਾਫ ਸਨਮਾਨਜਨਕ ਅਤੇ ਤਸੱਲੀ ਬਖਸ਼ ਪੱਧਰ ਤੱਕ ਪਹੁੰਚਣਾ ਚਾਹੀਦਾ ਸੀ, ਪਰ ਮੌਜੂਦਾ ਸਮੇਂ ਦਸ਼ਾ ਇਹ ਹੈ ਕਿ ਲੋਕਾਂ ਨੂੰ ਨਾ ਹੀ ਆਪਣੇ ਮੌਲਿਕ ਅਧਿਕਾਰਾਂ ਨੂੰ ਵਰਤਣ ਦੀ ਮੁਕੰਮਲ ਸੋਝੀ ਹੈ ਅਤੇ ਕਰਤੱਵਾਂ ਦਾ ਤਾਂ ਰੁਤਬਾ ਮੁਲਕ ਦੀਆਂ